ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਏ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸ ਕੜੀ ਤਹਿਤ ਰਵਿਦਾਸ ਭਾਈਚਾਰੇ ਵੱਲੋਂ 13 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ 'ਚ ਦੇਖਣ ਨੂੰ ਮਿਲਿਆ। ਪੰਜਾਬ 'ਚ ਜੇਕਰ ਗੱਲ ਮਾਲਵੇ ਦੀ ਕੀਤੀ ਜਾਵੇ ਤਾਂ ਇੱਥੇ ਫਰੀਦਕੋਟ, ਫਾਜ਼ਿਲਕਾ, ਸੰਗਰੂਰ 'ਚ ਪੰਜਾਬ ਬੰਦ ਨੂੰ ਪੂਰਾ ਸਮਰਥਨ ਮਿਲਿਆ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਇਹਨਾਂ ਸ਼ਹਿਰਾਂ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਨੇ। ਪੁਲਿਸ ਵੱਲੋਂ ਵੀ ਥਾਂ ਥਾਂ 'ਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਂ ਥਾਂ 'ਤੇ ਜਵਾਨ ਤਾਇਨਾਤ ਕੀਤੇ ਗਏ ਨੇ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੈ ਭੀਮ, ਜੈ ਭਾਰਤ। ਸਾਨੂੰ ਇਹ ਰੋਸ ਹੈ ਵੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਜੋ 600 ਸਾਲ ਪੁਰਾਣਾ ਤੁਗਲਾਬਾਦ ਦਿੱਲੀ ਦੇ ਵਿੱਚ ਸਥਿਤ ਹੈ, ਜੋ ਕਿ ਸਿਕੰਦਰ ਲੋਧੀ ਦੇ ਟਾਈਮ ਦਾ ਉਹ ਮੰਦਿਰ ਬਣਿਆ ਹੋਇਆ ਹੈ, ਔਰ ਇੱਕ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਦਾ ਆਸਰਾ ਲੈ ਕੇ ਇਹ ਸਾਡੇ ਮੰਦਿਰ ਨੂੰ ਢਾਣ ਦਾ ਜਿਹੜਾ ਹੈ ਆਰਡਰ ਦਿੱਤੇ, ਔਰ ਉਹਨਾਂ ਨੇ ਮੰਦਿਰ 'ਤੇ ਬਲਡੋਜ਼ਰ ਫੇਰਿਆ ਹੈ। ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਵੀ ਇਹ ਮੰਦਿਰ ਜਿਹੜਾ ਸਾਡੇ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ, ਔਰ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਔਰ ਜਿੱਥੋਂ ਤੱਕ ਵੀ ਜਾਣਾ ਪਿਆ ਸਾਨੂੰ ਅਣਮਿੱਥੇ ਸਮੇਂ ਲਈ ਵੀ ਹੜਤਾਲ ਕਰਨੀ ਪਈ ਤਾਂ ਅਸੀਂ ਕਰਾਂਗੇ, ਪਰ ਜੋ ਅੱਜ ਦਾ 13 ਤਰੀਕ ਦਾ ਭਾਰਤ ਬੰਦ ਦਾ ਸੱਦਾ ਹੈ, ਬਹੁਤ ਵਧੀਆ ਸਾਨੂੰ ਲੋਕਾਂ ਦਾ ਰਿਸਪੋਂਸ ਮਿਲਿਆ ਹੈ, ਔਰ ਹਰ ਇੱਕ ਭਾਈਚਾਰਾ ਸਾਡੇ ਨਾਲ ਚੱਲ ਰਿਹਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਜੋ ਕਿ ਤੁਗਲਕਾਬਾਦ ਵਿੱਚ 600 ਸਾਲ ਪੁਰਾਣਾ ਬਣਿਆ ਹੋਇਆ ਸੀ, ਉਸ ਨੂੰ ਮੋਦੀ ਸਰਕਾਰ ਨੇ, ਦਿੱਲੀ ਸਰਕਾਰ ਨੇ ਰਲ ਕੇ ਇੱਕ ਸਾਜ਼ਿਸ਼ ਦੇ ਅਧੀਨ ਉਸ ਮੰਦਿਰ ਨੂੰ ਢਵਾਇਆ। ਇਹਦਾ ਮਤਲਬ ਹੈ ਇਹ ਜਾਣ ਬੁੱਝ ਕੇ ਦਲਿਤ ਜਥੇਬੰਦੀਆਂ ਦੇ ਨਾਲ ਟੱਕਰ ਲੈਣਾ ਚਾਹੁੰਦੇ ਹੈ। ਅੱਜ ਵੀ ਜੋ ਐਲਾਨ ਬੰਦ ਦਾ ਕੀਤਾ ਗਿਆ ਹੈ ਉਹ ਕੇਵਲ ਅਕਾਲੀ ਦਲ ਔਰ ਕਾਂਗਰਸ ਨੇ ਕੀਤਾ, ਭਾਜਪਾ ਵੱਲੋਂ ਜਾਂ ਆਮ ਆਦਮੀ ਪਾਰਟੀ ਕੰਨੀਓ ਇਸ ਦਾ ਸਮਰਥਨ ਨਹੀਂ ਦਿੱਤਾ ਗਿਆ, ਜੋ ਕਿ ਇੱਕ ਬਹੁਤ ਹੀ ਨਿਖੇਧੀਜਨਕ ਭਾਸ਼ਾ ਦੇ ਵਿੱਚ ਅਸੀਂ ਕਹਾਂਗੇ ਕਿ ਬਈ ਇਹ ਸਾਡੇ ਸਮਾਜ ਨੂੰ ਜਾਣ ਬੁੱਝ ਕੇ ਖਰਾਬ ਕਰ ਰਹੇ ਹੈ। ਪਰ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਅੱਜ ਦੀ ਗੱਲ ਨਾ ਸੁਣੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਉਹ ਹਾਲ ਹੋਊਗਾ ਜੋ ਕਿ ਪਿਛੋਕੜ ਨੂੰ ਦੇਖਦੇ ਹੋਏ ਜੋ ਇੱਕ ਚਮਾਰ ਰੈਜੀਮੈਂਟ ਨੇ ਔਰ ਸਾਡੇ ਭਾਈਚਾਰੇ, ਦਲਿਤ ਭਾਈਚਾਰੇ ਦੀਆਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹੈ, ਆਖੀਰ ਸਾਨੂੰ ਉਹ ਫਿਰ ਕੁਰਬਾਨੀਆਂ ਦੇਣੀਆਂ ਪੈਣਗੀਆਂ। ਔਰ ਅਸੀਂ ਇਸ ਗੱਲ ਦਾ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦਿਆਂ। ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਬੰਦ ਦੀ ਕਾਲ ਹੈਗੀ ਹੈ, ਇਹਦੇ ਅਸੀਂ ਪ੍ਰੋਪਰ ਲੋੜ ਮੁਤਾਬਕ ਸੁਰੱਖਿਆ ਬੰਦ ਕੀਤੇ ਨੇ, DSP ਸਾਹਿਬ, SO ਸਾਹਿਬ, ਉਹ ਲੋਕਲ ਫੋਰਸ ਲਗਾਈ ਗਈ ਹੈ। ਸੋ ਅਸੀਂ ਦੋਨਾਂ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹਨੇ ਰੋਸ ਮਾਰਚ ਕਰਨਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਸਾਰਾ ਜਿਹੜਾ ਇਹ ਜਿਹੜਾ ਰੋਸ ਮਾਰਚ ਪੀਸਫੁਲੀ ਖਤਮ ਹੋਵੇਗਾ। ਨਹੀਂ, ਪੂਰੇ ਪ੍ਰੋਪਰ ਬੰਦ ਲੋੜ ਮੁਤਾਬਕ ਸਾਡੇ ਸਾਰੇ ਤਰ੍ਹਾਂ ਦੇ ਸੁਰੱਖਿਆ ਬੰਦ ਹੈਗੇ ਨੇ। ਸੋ ਅਸੀਂ ਬਾਕੀ ਇਹਨਾਂ ਨਾਲ ਤਾਲਮੇਲ ਹੈਗਾ, ਇਹ ਜਿਹੜਾ ਸਾਰਾ ਪ੍ਰੋਸੈਸ ਨੇ ਪੀਸ। ਬਿਊਰੋ ਰਿਪੋਰਟ, ਬੁਲੰਦ ਨਿਊਜ਼।